ਕੱਲ ਮੈਨੂੰ ਤਕਰੀਬਨ 10:30 ਵਜੇ ਤੁਹਾਡੇ ਕਿਸੇ ਪੱਤਰਕਾਰ ਉਹਨਾਂ ਦਾ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਭਾਗਸਰ ਰੋਡ ਦੇ ਉੱਪਰ ਵੀ ਕੋਈ ਪਟਾਕਿਆਂ ਦਾ ਸਟਾਕ ਪਿਆ ਹੈਗਾ ਗਾ, ਇਲੀਗਲ ਪਿਆ ਹੈਗਾ ਗਾ, ਜਿਸ ਦੇ ਸੰਬੰਧ ਦੇ ਵਿੱਚ ਮੈਂ ਜਾ ਕੇ ਖੁਦ ਮੌਕਾ ਦੇਖਿਆ। ਮੇਰੇ ਨਾਲ CMFO ਸੀਗੇ, ਮੈਂ PCS ਅਧਿਕਾਰੀ, ਮੇਰੇ ਨੈਬ ਤਹਿਸੀਲਦਾਰ, DSP ਸਾਹਿਬ ਅਤੇ SHO ਮੁਕਤਸਰ ਸੀਗੇ। ਅਸੀਂ ਸਾਰਿਆਂ ਨੇ ਮੌਕਾ ਦੇਖਿਆ। ਮੌਕੇ ਦੇ ਉੱਤੇ ਜਿਹੜਾ ਗੋਡਾਊਨ ਦੇ ਵਿੱਚ ਇਹ ਦੇਖਿਆ ਗਿਆ ਕਿ ਵੀ ਮਤਲਬ ਇੱਕ ਜਿਸ ਦੇ ਵਿੱਚ ਬਾਰਦਾਨਾ ਵਗੈਰਾ ਹੀ ਸੀਗਾ, ਉਹ ਸਾਨੂੰ ਮੌਕੇ ਦੇ ਉੱਤੇ ਦੇਖਿਆ। ਦੂਸਰਾ ਖਲੌਣ ਦੇ ਉੱਤੇ ਸਾਨੂੰ ਕੁਛ ਉਹਦੇ ਵਿੱਚ ਪਟਾਕੇ ਪਏ ਹੋਏ ਸੀਗੇ, ਅਤੇ ਇਹ ਸਾਡੇ ਕੋਲੋਂ ਯਾਨੀ ਕਿ JK ਇੰਡਸਟਰੀਜ਼ ਕੱਚਾ ਭਾਗਸਰ ਰੋਡ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਪਹਿਲਾਂ ਮਤਲਬ ਕਿ ਵੀ ਵਿਚਾਰਾਧੀਨ ਹੀ ਸੀਗਾ, ਜਿਸ ਦੇ ਸੰਬੰਧ ਦੇ ਵਿੱਚ ਫਾਇਰ ਸੇਫਟੀ ਅਫਸਰ ਵੱਲੋਂ 5/8/2024 ਨੂੰ ਜਿਹੜਾ ਹੈਗਾ ਉਹਨਾਂ ਨੇ ਆਪਣੀ ਰਿਪੋਰਟ ਕਰ ਦਿੱਤੀ ਸੀਗੀ ਕਿ ਇਸ ਵਿਭਾਗ ਨੂੰ ਪਟਾਕਿਆਂ ਦਾ ਲਾਇਸੈਂਸ ਜਾਰੀ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ। ਇਸੇ ਤਰ੍ਹਾਂ ਹੀ DSP ਸਾਹਿਬ ਦੀ ਜਿਹੜੀ ਰਿਪੋਰਟ ਹੈਗੀ ਹੈਗੀ ਉਹ ਵੀ ਸਾਡੇ ਕੋਲ ਆ ਚੁੱਕੀ ਹੈਗੀ ਹੈ। ਉਸ ਤੋਂ ਬਾਅਦ SDM ਦੇ ਤੌਰ ਦੇ ਉੱਤੇ ਮੈਂ DC ਸਾਹਿਬ ਨੂੰ, ਮਾਨਯੋਗ DC ਸਾਹਿਬ ਜੀ ਨੂੰ 6/8/24 ਨੂੰ ਆਪਣੀ ਰਿਪੋਰਟ ਕਰ ਦਿੱਤੀ ਸੀਗੀ ਕਿ ਜਿਸ ਵਿੱਚ ਲਿਖਿਆ ਸੀਗਾ ਕਿ ਵੀ DSP ਸਾਹਿਬ, ਫਾਇਰ ਸਟੇਸ਼ਨ, ਸਾਰਿਆਂ ਦੀ ਇਹ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਗਾ ਇਹ ਉੱਧਰ ਮਤਲਬ ਸੰਬੰਧਿਤ ਜਿਹੜੀ ਬ੍ਰਾਂਚ ਹੈ ਉਸ ਨੂੰ ਕਾਰਵਾਈ ਹਿੱਤ ਭੇਜ ਦਿੱਤਾ ਗਿਆ ਸੀਗਾ। ਮੈਮ ਤੁਹਾਡੇ ਧਿਆਨ ਵਿੱਚ ਹੀ ਨਹੀਂ ਸੀ ਕਿ ਅਸੀਂ ਜਿਹੜਾ ਜਾਰੀ ਕੀਤਾ ਜਾਂ ਲਾਇਸੈਂਸ ਬਣ ਗਿਆ ਇਹਨਾਂ ਦਾ ਤੁਹਾਡੇ ਧਿਆਨ 'ਚ ਹੈ ਨਹੀਂ ਸੀ ਕਿ ਮੌਕੇ 'ਤੇ ਤੁਸੀਂ ਮੰਗਿਆ ਸੀ ਕਿਸੇ ਤਰ੍ਹਾਂ ਦਾ ਉਹਨਾਂ ਤੋਂ? ਮੌਕੇ ਦੇ ਉੱਤੇ ਉਹਨਾਂ ਤੋਂ ਲਾਇਸੈਂਸ ਸੀਗਾ ਜੀ, ਜਦੋਂ ਉਹਨਾਂ ਤੋਂ ਲਾਇਸੈਂਸ ਮੰਗਿਆ ਗਿਆ ਮੌਕੇ ਦੇ ਉੱਤੇ ਤਾਂ ਉਹਨਾਂ ਵੱਲੋਂ ਜਿਹੜੇ ਆਪਣੇ ਦਸਤਾਵੇਜ਼ ਦਿਖਾਏ ਗਏ ਉਹਨਾਂ ਨੇ ਇਹੀ ਦੱਸਿਆ ਗਾ ਕਿ ਵੀ ਤੁਸੀਂ ਜਿਹੜੇ ਆਹ ਤਿੰਨੋਂ ਡਾਕੂਮੈਂਟਸ ਮੈਂ ਤੁਹਾਨੂੰ ਦੱਸੇ ਹੈਗੇ ਆਗੇ ਵੀ ਅਸੀਂ ਤਾਂ ਆਪਣੇ ਪਹਿਲਾਂ NOC ਜਿਹੜੇ ਹੈਗੇ ਕਿ 8ਵੇਂ ਮਹੀਨੇ ਤੱਕ ਕੰਪਲੀਟ ਕਰਵਾ ਚੁੱਕੇ ਹੈਗੇ ਆਗੇ ਅਤੇ ਸਾਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਮਤਲਬ ਜੋ ਉਸ ਵਕਤ ਮੌਕੇ ਦੇ ਉੱਤੇ ਸੀਗਾ ਕਿ ਵੀ ਪੈਂਡਿੰਗ ਮਤਲਬ ਉਹਨਾਂ ਕੋਲ ਉਸ ਵਕਤ ਨਹੀਂ ਸੀਗੇ, ਉਹ ਕਹਿੰਦੇ ਕਿ ਅਸੀਂ ਜਾ ਕੇ ਆਪਣਾ ਪ੍ਰਾਪਤ ਕਰ ਲੈਂਦੇ ਹਾਂ। ਅਤੇ ਹੁਣ ਯਾਨੀ ਕਿ ਜਿਹੜਾ ਮੈਂ ਤੁਹਾਡੇ ਆਉਣ ਦੇ ਉੱਤੇ ਪਤਾ ਕੀਤਾ ਕਿ ਉਹਨਾਂ ਨੂੰ ਲਾਇਸੈਂਸ ਜਿਹੜਾ ਹੈਗਾ ਗਾ JK ਇੰਡਸਟਰੀਜ਼ ਨੂੰ ਭਾਗਸਰ ਰੋਡ ਦੇ ਉੱਤੇ ਸਟੋਰ ਕਰਨ ਦਾ ਜਾਰੀ ਹੋ ਚੁੱਕਾ। ਰੇਡ ਤੋਂ ਬਾਅਦ ਹੋਇਆ ਲਾਇਸੈਂਸ ਜਾਰੀ ਕਿ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੋਇਆ ਸੀ? ਇਹ ਕਿਉਂਕਿ ਮੇਰੇ ਦਫ਼ਤਰ ਤੋਂ ਜਾਰੀ ਨਹੀਂ ਹੋਣਾ ਹੋਇਆ ਸੀਗਾ ਹੋਣਾ ਸੀ ਤੇ ਮੈਨੂੰ ਇਹ ਨਹੀਂ ਪਤਾ ਕਿ ਵੀ ਉਦੋਂ ਤੱਕ ਜਾਰੀ ਹੋਇਆ ਸੀਗਾ ਕਿ ਨਹੀਂ ਹੈ। ਜੀ ਸਰ, ਇੱਕ ਨਾ ਸੁਪਰੀਮ ਕੋਰਟ ਤੇ NGT ਦਾ ਬਰੂਦ ਵਾਲੇ ਪਟਾਕਿਆਂ ਤੇ ਪਾਬੰਦੀ ਲਗਾਉਂਦਾ ਤੇ ਇਹ ਪ੍ਰਸ਼ਾਸਨ ਉਹਦੀ ਮਨਜ਼ੂਰੀ ਕਿਵੇਂ ਦੇ ਦਿੰਦਾ ਜੀ ਬਰੂਦ ਵੇਚਣ ਦੀ? ਪ੍ਰਸ਼ਾਸਨ ਜਿਹੜੀ ਵੀ ਮਨਜ਼ੂਰੀ ਦਿੰਦਾ ਹੈਗਾ ਕਿ ਉਹ ਨਿਯਮਾਂ ਤਹਿਤ ਹੀ ਦਿੰਦਾ ਹੈ। ਠੀਕ ਹੈ, ਜਿਹੜੇ ਉੱਥੇ ਪਟਾਕੇ ਬਰਾਮਦ ਹੋਏ ਸੀ ਦੇਖਿਆ ਤੁਸੀਂ, ਉਹ ਕਿਹੜੇ ਪਟਾਕੇ ਸੀ ਉੱਥੇ, ਕਿੰਨੇ ਪਟਾਕੇ ਸੀ ਉੱਥੇ? ਥੋੜੇ ਯਾਨੀ ਕਿ ਬਹੁਤ ਜ਼ਿਆਦਾ ਨਹੀਂ ਸੀਗੇ ਜਿਹੜੇ ਬੱਚਿਆਂ ਵਾਲੇ। ਜਿਹੜੇ ਉਹਦੀ ਕੋਈ ਬਰਾਮਦਗੀ ਕਿਸੇ ਤੁਸੀਂ ਲੈ ਕੇ ਆਏ ਜਾਂ ਕਿਸੇ ਤਰ੍ਹਾਂ ਤੁਸੀਂ ਦੇਖੇ? ਨਹੀਂ, ਕਿਉਂਕਿ ਉਹਨਾਂ ਦਾ ਆਲਰੇਡੀ ਇਨ ਪ੍ਰੋਸੈਸ ਸੀਗਾ। ਅਸੀਂ ਮੈਂ ਖੁਦ ਮਤਲਬ ਕਿ ਵੀ ਆਪਣੇ ਵੱਲੋਂ NOC ਉਹਨਾਂ ਨੂੰ ਜਾਰੀ ਕਰ ਸਕਦੇ ਹਾਂ। ਸਰ, ਬਰੂਦ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ? ਬਰੂਦ ਦੀ ਦਿੱਤੀ ਨਹੀਂ, ਕਿਹਨੇ ਕਿਹਾ? ਕਿਉਂਕਿ ਉਹਨਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਸੀ। ਅਪਲਾਈ ਦਾ ਜਦੋਂ ਉਹਨਾਂ ਕੋਲ ਲਾਇਸੈਂਸ ਹੀ ਹੈ ਨਹੀਂ ਸੀ, ਇਹ ਫਿਰ ਤੇ ਕਾਰਵਾਈ ਹੋਣੀ ਚਾਹੀਦੀ ਸੀ। ਕਿਤਨਾ ਕਿਤੇ ਤੁਹਾਡੀ ਅਣਗਹਿਲੀ ਮੰਨਦੇ ਹੋ ਤੁਹਾਡੇ ਤੋਂ ਹੋਈ ਹੈ ਕਿਸੇ ਤਰ੍ਹਾਂ ਵੀ? ਨਹੀਂ, ਮੇਰੇ ਵੱਲੋਂ ਕੋਈ ਅਣਗਹਿਲੀ ਨਹੀਂ ਹੋਈ, ਮੈਂ ਆਪਣੀ ਜਿਹੜੀ ਡਿਊਟੀ ਹੈਗੀ ਆ ਉਸ ਹਿਸਾਬ ਨਾਲ ਜਿਹੜਾ ਜੀ ਤੁਸੀਂ ਲਾਇਸੈਂਸ ਜਾਰੀ ਕੀਤਾ ਉਹ ਗ੍ਰੀਨ ਪਟਾਕੇ? ਮੈਂ ਲਾਇਸੈਂਸ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਜਾਰੀ ਕੀਤਾ ਗਿਆ ਹੈ। ਜਿੰਨੀ ਮੇਰੇ ਤੋਂ ਰਿਪੋਰਟ ਮੰਗੀ ਗਈ ਸੀਗੀ ਉਹ ਅਸੀਂ ਆਪਣੇ ਦਫ਼ਤਰ ਦੀ ਤਿੰਨਾਂ ਨੇ ਹੀ DSP ਸਾਹਿਬ ਨੇ ਸਬ ਡਿਵੀਜ਼ਨ ਦੇ ਦਿੱਤੇ ਸੀ ਰਿਪੋਰਟ ਜਾਂ ਬਰੂਦ ਦੇ ਬਰੂਦ ਵਿੱਚ ਵਾਸਤੇ ਸੀ ਰਿਪੋਰਟ? ਸਰ, ਗ੍ਰੀਨ ਪਟਾਕੇ ਲਈ ਸੀ ਕਿ ਬਰੂਦ ਵਾਸਤੇ? ਓਕੇ।